ਏਵਨ ਪੰਜਾਬੀ ਅਤੇ ਏਵਨ ਨਿਊਜ਼ ਵੱਲੋਂ ਆਪ ਸਭ ਨੂੰ ਗਣਤੰਤਰਤਾ ਦਿਵਸ 26 ਜਨਵਰੀ ਦੀਆਂ ਬਹੁਤ ਬਹੁਤ ਮੁਬਾਰਕ ਜੀ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਜੀ, ਖਰੀਆਂ ਖਰੀਆਂ। ਦੋਸਤੋ, ਖਬਰ ਲੈਂਦੇ ਹਾਂ ਜੀ ਸੰਗੀਤ ਜਗਤ ਤੋਂ। ਮੈਂ ਦੱਸਣਾ ਚਾਹੁੰਦਾ ਕਿ ਬੜੀ ਦੁੱਖ ਭਰੀ ਖਬਰ ਹੈ, ਕਿਉਂਕਿ ਦੁਨੀਆ ਦਾ ਮਨੋਰੰਜਨ ਕਰਨ ਵਾਲੇ ਪੰਜਾਬੀ ਗਾਇਕ ਸਾਵਰਕੋਟੀ ਨਹੀਂ ਰਹੇ। ਸਾਵਰਕੋਟੀ ਜਿਹੜੇ ਕਿ ਆਪਣੇ ਗੀਤਾਂ ਰਾਹੀਂ, ਆਪਣੇ ਅੱਛੇ ਸੰਗੀਤ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਸੀ, ਲੇਕਿਨ ਅੱਜ ਉਹ ਸਾਡੇ ਵਿੱਚ ਨਹੀਂ ਰਹੇ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ 48 ਸਾਲ ਦੀ ਉਮਰ ਉਹਨਾਂ ਦੀ ਸੀ ਔਰ ਆਪਣੇ ਆਪ ਨੂੰ ਹੰਸ ਰਾਜ ਹੰਸ ਦੇ ਸ਼ਾਗਿਰਦਾਂ ਵਿੱਚੋਂ ਇੱਕ ਮੰਨਦੇ ਸਨ ਔਰ ਮੈਟਰੋ ਹਸਪਤਾਲ ਦੇ ਵਿੱਚ ਉਹਨਾਂ ਨੇ ਅੰਤਮ ਸਾਹ ਲਿਆ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਵਰਕੋਟੀ ਦੇ ਪਿੰਡ ਦੇ ਵਿੱਚ ਉਹਨਾਂ ਦਾ ਅੱਜ 12:30 ਵਜੇ ਜਿਹੜਾ ਜਨਾਜ਼ਾ ਉਹ ਚੱਕਿਆ ਜਾਏਗਾ ਔਰ ਇਸ ਮੌਕੇ ਦੇ ਉੱਪਰ ਅਲੱਗ ਅਲੱਗ ਪੰਜਾਬ ਦੇ ਸੰਗੀਤ ਨਾਲ ਜੁੜੀਆਂ ਹਸਤੀਆਂ ਪਹੁੰਚਣ ਔਰ ਪਹੁੰਚ ਕੇ ਇਸ ਪਰਿਵਾਰ ਦੇ ਨਾਲ ਆਪਣਾ ਵੱਧ ਤੋਂ ਵੱਧ ਦੁੱਖ ਜਿਹੜਾ ਉਹ ਸ਼ੇਅਰ ਕਰਨ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਅਲੱਗ ਅਲੱਗ ਗਾਇਕਾਂ ਦੀ ਪ੍ਰਤੀਕਿਰਿਆ ਵੀ ਆਉਣੀ ਸ਼ੁਰੂ ਹੋ ਚੁੱਕੀ ਹੈ। ਰੁਪਿੰਦਰ ਹੰਡਾ ਆਵਾਜ਼ ਪੰਜਾਬ ਦੀ, ਉਹਨਾਂ ਨੇ ਵੀ ਇੱਕ ਮਤਲਬ ਆਪਣੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਕਿ ਸਾਵਰਕੋਟੀ ਸਾਹਿਬ ਦੇ ਜਾਣ ਤੋਂ ਬਾਅਦ ਜੋ ਸੰਗੀਤ ਜਗਤ ਹੈ ਉਸ ਨੂੰ ਕਾਫੀ ਧੱਕਾ ਲੱਗਾ। ਉਹਨਾਂ ਦਾ ਇੱਕ ਗੀਤ ਮੈਨੂੰ ਯਾਦ ਹੈ ਕਿ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ, ਜਾ ਬੇਕਦਰੇ ਤੇਰੇ ਵਾਜੋਂ ਜੀਣਾ ਸਿੱਖ ਲਿਆ। ਦੋਸਤੋ, ਅਜਿਹੇ ਗੀਤ ਨੇ ਜਿਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਤੁਸੀਂ ਯਾਦ ਕਰਦੇ ਹੋ, ਪਿਆਰ ਦਿੰਦੇ ਹੋ, ਮੁਹੱਬਤ ਕਰਦੇ ਹੋ, ਲੇਕਿਨ ਰੁਪਿੰਦਰ ਹਾਂਡਾ ਨੇ ਇਸ ਸਾਰੇ ਜਾਣੀ ਕਿ ਸੋਗਮਈ ਲਹਿਰ ਦੇ ਵਿੱਚ ਕੁਛ ਸ਼ਬਦ ਕਹੇ ਨੇ, ਉਹ ਜ਼ਰੂਰ ਸੁਣੋ। ਬੜੇ ਦੁਖੀ ਔਰ ਭਰੇ ਮਨ ਦੇ ਨਾਲ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਹੀ ਹਾਂ ਕਿ ਅੱਜ ਸਾਵਰਕੋਟੀ ਸਾਹਿਬ ਸਾਡੇ ਵਿਚਕਾਰ ਨਹੀਂ ਰਹੇ, ਅੱਜ ਉਹਨਾਂ ਦਾ ਇੰਤਕਾਲ ਹੋ ਗਿਆ। ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡੀ ਦੇਣ ਸੀਗੀ। ਉਹਨਾਂ ਨੇ ਬਹੁਤ ਸੰਗੀਤ ਦੀ ਸੇਵਾ ਕੀਤੀ ਔਰ ਬਹੁਤ ਮਿੱਠੀਆਂ ਧੁਨਾਂ, ਮਿੱਠੇ ਗਾਣੇ ਸਾਨੂੰ ਦੇ ਕੇ ਗਏ ਆ। ਜਦ ਤੱਕ ਦੁਨੀਆਂ ਰਹੇਗੀ, ਉਹਨਾਂ ਦੀ ਆਵਾਜ਼ ਸਾਡੇ ਦਿਲਾਂ ਦੇ ਵਿੱਚ ਇਸੇ ਤਰ੍ਹਾਂ ਹਮੇਸ਼ਾ ਹੀ ਕਾਇਮ ਰਹੇਗੀ। ਉਹ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਜਿਹੜੇ ਰੁੱਖ ਉਹ ਲਾ ਕੇ ਗਏ ਆ ਸੰਗੀਤ ਦੇ ਰਾਹੀਂ, ਉਹ ਹਮੇਸ਼ਾ ਇੱਦਾਂ ਹੀ ਹਰੇ ਭਰੇ ਰਹਿਣਗੇ। ਔਰ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ। ਬਿਲਕੁਲ ਜੀ, ਬਚਪਨ ਤੋਂ ਇਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਔਰ ਜੇ ਸੰਗੀਤ ਦੀ ਗੱਲ ਕਰੀਏ ਤਾਂ ਬਹੁਤ ਅੱਛਾ ਸੰਗੀਤ ਦੇ ਨਾਲ ਜੁੜੇ ਹੋਏ ਸਨ ਔਰ ਇੱਕ ਕਿਸੇ ਵੀ ਗੀਤ ਨੂੰ ਗਾਉਣ ਤੋਂ ਪਹਿਲਾਂ ਉਸਦੀਆਂ ਬਾਰੀਕੀਆਂ ਬਾਰੇ, ਉਸ ਸੰਗੀਤ ਬਾਰੇ ਜਾਂ ਉਸ ਰਾਗ ਬਾਰੇ ਉਹਨਾਂ ਨੂੰ ਪੂਰੀ ਨੌਲੇਜ ਹੁੰਦੀ ਸੀ ਕਿ ਮੈਂ ਇਸ ਗੀਤ ਨੂੰ ਕਿਸ ਰਾਗ ਵਿੱਚ ਗਾਉਣਾ ਹੈ। ਲੇਕਿਨ ਮੈਂ ਕਹਿੰਦਾ ਹੁੰਦਾ ਕਿ ਚੰਗੀ ਆਵਾਜ਼ ਔਰ ਚੰਗੇ ਇਨਸਾਨ ਜੋ ਹੈ ਉਹਨਾਂ ਦੀ ਉਮਰ ਉੱਪਰ ਵਾਲੇ ਨੇ ਬਹੁਤ ਘੱਟ ਲਿਖੀ ਹੁੰਦੀ ਹੈ, ਸ਼ਾਇਦ ਇਹੀ ਕਰਕੇ ਕਿ ਉਹ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਨੇ। ਸੋ ਈਵਨ ਪੰਜਾਬੀ ਦੀ ਸਮੁੱਚੀ ਟੀਮ ਸਾਵਰਕੋਟੀ ਦੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜੀ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਹੋਣ ਕਰਕੇ ਅਸੀਂ ਬਕਾਇਦਾ ਤੌਰ 'ਤੇ ਸਾਵਰਕੋਟੀ ਸਾਹਿਬ ਲਈ ਉਸ ਮਾਲਕ ਦੇ ਚਰਨਾਂ 'ਚ ਦੁਆ ਕਰਦੇ ਹਾਂ ਕਿ ਉਸ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ। ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ, ਕਮੈਂਟ ਕਰਿਆ ਕਰੋ, ਕਮੈਂਟ ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਔਰ ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਪੁਖਤਾ ਜਾਣਕਾਰੀ ਹੈ ਤਾਂ ਪਲੀਜ਼ ਤੁਸੀਂ ਸਾਨੂੰ ਉਸ ਦੀ ਪੂਰੀ ਫੁਟੇਜ ਭੇਜੋ। ਫੁਟੇਜ ਮੇਲ ਕਰਨ ਵਾਸਤੇ ਸਾਡੀ ਮੇਲ ID ਨੋਟ ਕਰ ਲਓ ਜੀ, khariyan@gmail.com। ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ 6280-3837-29 'ਤੇ ਕਰ ਸਕਦੇ ਹੋ। ਔਰ ਏਵਨ ਪੰਜਾਬੀ ਅਤੇ ਏਵਨ ਨਿਊਜ਼ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਹਰ ਅਪਡੇਟ ਨਾਲ ਜੁੜ ਸਕੋ।